ਅੱਜ ਦੀ ਗੱਲ ਜੀ ਸਾਰਿਆਂ ਨੂੰ ਸਨ ਲੈ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਗੱਲ ਕਰਾਂਗੇ ਬੋਨਸ 600 ਬਾਰੇ ਬੋਨਸ 800 ਬਾਰੇ ਕੁਝ ਬੋਨਸਾਂ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਜੇਕਰ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡਾ ਮਾਲਕ ਜੇ ਚਾਹਵੇ ਤਾਂ ਤੁਹਾਨੂੰ ਪੈਸੇ ਐਕਸਟਰਾ ਦੇ ਸਕਦਾ ਪਰ ਉਸ ਤੋਂ ਪਹਿਲਾਂ ਦੇਖਦੇ ਹਾਂ ਇਟਲੀ ਦੀ ਸਿਚੁਏਸ਼ਨ 18854 ਨਵੇਂ ਕੇਸ ਹਨ 69 ਮਰੀਜ਼ਾਂ ਦੀ ਹੋਈ ਮੌਤ 21915 ਮਰੀਜ਼ ਹੋਇਆ ਠੀਕ 171000 ਟੈਸਟ ਕੀਤਾ ਗਿਆ ਤੇ ਤਾਸੋ ਦੀ ਪੋਜ਼ਿਟਿਵਿਟੀ ਅੱਜ 10.77 ਚੱਲ ਰਹੀ ਸੀ ਸਭ ਤੋਂ ਵੱਧ ਜਿਹੜੇ ਕੇਸ ਰਜਿਸਟਰ ਹੋਇਆ ਜੀ ਲੋਮਬਰਦੀਆ ਐਮਿਲਿਆ ਰੋਮਾਨੀਆ ਵੇਨੇਟੋ ਵਿੱਚ 2875 ਲੋਮਬਰਦੀਆ 2429 ਐਮਿਲਿਆ ਰੋਮਾਨੀਆ 2326 ਵੇਨੇਟੋ ਲਾਤਸਿਓ ਤੋਂ ਬਾਅਦ ਸਾਰਿਆਂ ਦੇ ਪਾ 1500 ਜਿਹੜੇ ਆ ਕੇਸ ਘਟਾ ਆ ਵਧਦੇ ਸਭ ਤੋਂ ਪਹਿਲੇ ਅਪਡੇਟ ਆ ਸਭ ਤੋਂ ਪਹਿਲਾ ਜੋ ਅਪਡੇਟ ਆ ਰਿਹਾ ਜੇਕਰ ਤੁਹਾਡੇ ਬੱਚੇ ਹੈਗੇ ਆ ਤਾਂ ਬੱਚਿਆਂ ਦੀ ਉਮਰ 9 ਸਾਲ ਤੋਂ ਲੈ ਕੇ 18 ਸਾਲ ਤੱਕ ਆ ਤਾਂ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਇੱਕ ਬੋਨਸ ਦੇ ਹੱਕਦਾਰ ਹੋ ਜਿਸ ਨੂੰ ਬੋਨਸ ਆਟੋਚੈਨ ਤੋਂ ਕਿਹਾ ਜਾਂਦਾ ਹੁਣ ਇਹ ਜਿਹੜਾ ਬੱਚਿਆਂ ਦੇ ਲਈ ਬੋਨਸ ਆ ਇਹ 800 ਰੁਪਏ ਤੁਹਾਨੂੰ ਮਿਲਣਾ ਹੈ ਕਿਸ ਕੰਮ ਦੇ ਲਈ ਜੇਕਰ ਤੁਹਾਡੇ ਬੱਚਿਆਂ ਦੀ ਉਮਰ 9 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਪ੍ਰਾਈਵੇਟ ਕੋਰਸ ਕੋਈ ਪ੍ਰਾਈਵੇਟ ਸਟੱਡੀ ਕਰਵਾਉਣਾ ਚਾਹੁੰਦੇ ਹੋ ਤਾਂ ਉਸ ਸਿਚੁਏਸ਼ਨ ਦੇ ਵਿੱਚ ਤੁਹਾਨੂੰ 800 ਐਰੋ ਮਿਲ ਸਕਦਾ ਅਤੇ ਇਹਦੇ ਲਈ ਜਿਹੜਾ 6000 ਜਿਹੜਾ 6100 ਜਣਾ ਟੋਟਲ 6100 ਬੱਚੇ ਦੀ ਜਿਹੜੀ ਟੋਟਲ ਸੀਟ ਰੱਖੀ ਗਈ ਹੈ ਅਤੇ ਜੇਕਰ ਕੋਈ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਕੋਈ ਕੋਰਸ ਕਰਵਾਉਣਾ ਚਾਹੁੰਦਾ ਤਾਂ ਉਹ ਕਰਵਾ ਸਕਦਾ ਸਿਰਫ 9 ਤੋਂ ਲੈ ਕੇ 18 ਸਾਲ ਦੀ ਏਜ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਦੂਸਰੀ ਗੁੱਡ ਨਿਊਜ਼ ਵੱਲ ਚੱਲਦੇ ਹਾਂ ਜੀ ਦੂਸਰੀ ਗੁੱਡ ਨਿਊਜ਼ ਇਹ ਹੈ ਜੀ ਜਿਸ ਨੂੰ ਕਿਹਾ ਜਾਂਦਾ ਵੈਲਫੇਅਰ ਆਪਣੇ ਜਿਹੜੇ ਬੰਦੇ ਕੰਮ ਕਰ ਰਹੇ ਨੇ ਸਾਡੇ ਜੇਕਰ ਮਾਲਕ ਚਾਣ ਤਾਂ ਉਹਨਾਂ ਨੂੰ ਐਕਸਟਰਾ ਪੈਸੇ ਦੇ ਸਕਦੇ ਨੇ ਹੁਣ ਐਕਸਟਰਾ ਪੈਸੇ ਜਿਹੜੇ ਆ ਨਾਰਮਲੀ ਜਦੋਂ ਸਰਕਾਰ ਜਿਹੜੇ ਕਾਨੂੰਨ ਜੇ ਇਟਲੀ ਦੇ ਹਿਸਾਬ ਦੇ ਨਾਲ ਦੇਖਦੇ ਨੇ ਜਦੋਂ ਵੀ ਜੇਸ ਬੰਦੇ ਦਾ ਬੋਸਤਾ ਨਿਕਲਦਾ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬੋਨਸ ਜਾਂ ਐਕਸਟਰਾ ਪੈਸੇ ਪਾਏ ਜਾਣ ਉਹਨਾਂ ਦੇ ਉੱਤੇ ਟੈਕਸ ਪੈਂਦੇ ਆ ਤੇ ਉਹ ਟੈਕਸ ਕੱਟ ਕੇ ਜੇਕਰ 100 ਰੋ ਤਾਂ 100 ਦਾ ਟੈਕਸ ਕੱਟ ਕੇ ਉਹਨੂੰ ਪੈਸੇ ਘੱਟ ਮਿਲਦੇ ਪਰ ਸਰਕਾਰ ਕੀ ਕਰ ਰਹੀ ਹੈ ਸਰਕਾਰ ਕਹਿ ਰਹੀ ਹੈ ਜੇਕਰ ਤੁਸੀਂ ਆਪਣੇ ਬੰਦਿਆਂ ਦੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਪੈਸੇ ਐਕਸਟਰਾ ਦੇਣੇ ਚਾਹੁੰਦੇ ਆ ਤਾਂ ਤੁਸੀਂ ਦੇ ਸਕਦੇ ਆ 2022 ਤੋਂ ਪਹਿਲਾਂ ਬੋਨਸ ਪੇਜਾ ਸੀਗਾ ਬੋਨਸ ਕਰਪੋਰਾਂਟ ਤੇ ਹੀ ਬੋਨਸ ਪੇਟੀ ਵੀ ਸੀਗਾ ਜਾਂ ਫਿਰ ਕੱਪੜੀਆਂ ਦੀਆਂ ਦੁਕਾਨਾਂ ਤੇ ਖਰੀਦਣ ਦੇ ਲਈ ਵੀ ਬੋਨਸ ਮਿਲਦੇ ਸੀਗੇ ਸਾਰੀਆਂ ਫੈਕਟਰੀਆਂ ਨਹੀਂ ਦਿੰਦੀਆਂ ਪਰ ਕੁਝ ਸੀਗੇ ਜਿਹੜੇ ਦਿੰਦੇ ਸੀ ਹੁਣ 2022 ਦੇ ਵਿੱਚ ਦੱਸਿਆ ਜਾ ਰਿਹਾ ਕਿ ਬਿੱਲਾਂ ਦੇ ਲਈ ਵੀ ਜਿਹੜੀ ਕੰਪਨੀ ਤੁਹਾਡੀ ਜਿਹੜੀ ਕੰਪਨੀ ਆ ਤੁਹਾਨੂੰ ਪੈਸੇ ਦੇ ਸਕਦੀ ਆ ਹੁਣੇ ਜਿਹੜੇ ਪੈਸੇ ਆ ਜੇਕਰ ਤੁਹਾਡੇ ਘਰ ਦੇ ਵਿੱਚ ਬਿੱਲ ਵੱਧ ਰਿਹਾ ਆ ਪੈਸੇ ਜਿਹੜੇ ਜਿਆਦਾ ਹੁਣ ਤੁਹਾਨੂੰ ਘੱਟ ਵੱਜਦੇ ਆ ਉਹ ਸਿਚੁਏਸ਼ਨ ਦੇ ਵਿੱਚ ਤੁਸੀਂ ਆਪਣੇ ਮਾਲਕਾਂ ਦੇ ਨਾਲ ਗੱਲਬਾਤ ਕਰ ਸਕਦੇ ਆ ਤਾਂ ਉਹ ਤੁਹਾਡੇ ਬਾਗੇ ਬੂਸਤੇ ਦੇ ਵਿੱਚ ਵੱਧ ਤੋਂ ਵੱਧ 600 ਐਰੋ ਬਿੱਲਾਂ ਦੇ ਲਈ ਅਤੇ 200 ਐਰੋ ਜਿਹੜਾ ਤੇਲ ਦੇ ਲਈ ਪਾ ਸਕਦੇ ਆ ਇਹਦੇ ਲਈ ਕੋਈ ਇਜ਼ੇ ਕੋਈ ਇਸੇ ਤਰ੍ਹਾਂ ਦੀ ਰਿਕੁਆਇਰਮੈਂਟ ਦੀ ਲੋੜ ਨਹੀਂ ਸਿਰਫ ਤੁਹਾਡਾ ਜਿਹੜਾ ਮਾਲਕ ਉਹਨੇ ਡਿਸਾਈਡ ਕਰਨਾ ਕਿ ਮੈਂ ਇਹ ਪੈਸੇ ਦੇਣਾਂ ਜਾਂ ਫਿਰ ਨਹੀਂ ਦਿਨ ਅਗਲਾ ਬ੍ਰਿਟ ਇਟਲੀ ਤੋਂ ਆ ਰਿਹਾ ਜੀ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਪੇਰੋ ਦੇ ਵਿੱਚ ਸ਼ਹਿਰ ਆਜੋ ਦੇ ਵਿੱਚ ਇੱਕ ਲੜਾਈ ਹੋਈ ਆ ਵੀਐਫਜੀ ਇਹਨਾਂ ਦੇ ਵਿੱਚ ਇੱਕ ਬਾਰ ਦੇ ਵਿੱਚ ਲੜਾਈ ਹੋਈ ਆ ਤੇ ਉਸ ਬਾਰ ਦਾ ਜਿਹੜਾ ਮਾਲਕ ਆ ਇਹ ਜਿਪਰ ਦਾ ਬੰਦਾ ਸੀ ਮਿਸਰ ਦਾ ਬੰਦਾ ਜਿਸ ਦੀ ਉਮਰ 55 ਸਾਲ ਆ ਅਤੇ ਉਸ ਨੂੰ ਉਸ ਤੇ ਦੋ ਸ਼ਰਾਬੀ ਬੰਦਿਆਂ ਨੇ ਸ਼ਰਾਬ ਪੀਤੀ ਆ ਤੇ ਉਸ ਦੇ ਨਾਲ ਲੜ ਪਏ ਜਿਨ੍ਹਾਂ ਦੀ ਉਮਰ ਜਿਹੜੇ ਉਹਦੇ ਕਲਾਇੰਟ ਸਨ 26 ਅਤੇ 38 ਸਾਲਾਂ ਦੇ ਨਸ਼ੇ ਦੀ ਹਾਲਤ ਦੇ ਵਿੱਚ ਵੈਸੇ ਉਹ ਕੰਮ ਕਰਦੇ ਸੀ ਨਸ਼ੇ ਦੀ ਹਾਲਤ ਦੇ ਵਿੱਚ ਉਹਨਾਂ ਨੇ ਉਹ ਜਿਹੜਾ ਬਾਰ ਦਾ ਮਾਲਕ ਆ ਉਸ ਨੂੰ ਕੁੱਟਿਆ ਕੁੱਟਣ ਦਾ ਮੇਨ ਕਾਰਨ ਕੀ ਹੁੰਦਾ ਜੀ ਜਦੋਂ ਬੰਦਾ ਸ਼ਰਾਬ ਜ਼ਿਆਦਾ ਪੀ ਲੈਂਦਾ ਤਾਂ ਜਿਹੜਾ ਬਾਰ ਵਾਲਾ ਜਦੋਂ ਇਦਾਂ ਕਹਿ ਦਿੰਦਾ ਕਿ ਤੁਸੀਂ ਹੁਣ ਸ਼ਰਾਬ ਜ਼ਿਆਦਾ ਪੀ ਲਈ ਆ ਫੇ ਤੁਸੀਂ ਨਾ ਪਿਓ ਉਸ ਤੋਂ ਬਾਅਦ ਕੀ ਹੁੰਦਾ ਜੀ ਉਸ ਤੋਂ ਬਾਅਦ ਉਹ ਖਿੱਚ ਕੇ ਉਹਦੇ ਸਿਰ ਦੇ ਵਿੱਚ ਬੋਤਲ ਮਾਰ ਕੇ ਸਿਰ ਪਾੜ ਦਿੰਦੇ ਨੇ ਹਸਪੀਟਲ ਲੈ ਕੇ ਜਾਣਾ ਪੈ ਜਾਂਦਾ ਇਟਲੀ ਦੇ ਵਿੱਚ ਬਿੱਲ ਵਾ ਤੁਹਾਨੂੰ ਸਭ ਨੂੰ ਸਭ ਨੂੰ ਪਤਾ ਬਿਜਲੀ ਹੋਵੇ ਪਾਣੀ ਹੋਵੇ ਗੈਸ ਹੋਵੇ ਸਾਰਿਆਂ ਦਾ ਰੇਟ ਜਿਹੜਾ ਵੱਧਦਾ ਜਾ ਰਿਹਾ। ਉਹਦੇ ਵੱਧ ਵਧਣ ਦੇ ਜਾਣ ਦੇ ਨਾਲ ਜੀ ਇਟਲੀ ਦੇ ਵਿੱਚ ਬਹੁਤ ਸਾਰੇ ਦੁਕਾਨਾਂ ਬਹੁਤ ਸਾਰੀਆਂ ਫੈਕਟਰੀਆਂ ਕੁਛ ਇਰਦਾਂ ਦੀਆਂ ਨੇ ਜਿਹੜੀਆਂ ਕਿ ਦੁਬਾਰਾ ਖੋਲ ਨਹੀਂ ਰਹੀਆਂ। ਦੱਸਿਆ ਜਾ ਰਿਹਾ ਕਿ ਰੋਮਾ ਦੇ ਵਿੱਚ 30 ਇਦਾਂ ਦੇ ਰੈਸਟੋਰੈਂਟ ਨੇ ਜਿਨ੍ਹਾਂ ਨੇ ਇੱਕ ਹਫ਼ਤੇ ਦੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ। ਕਾਰਨ ਕੀ ਹੈ ਜੀ ਉਹ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਜਿੰਨਾ ਬਿੱਲ ਆ ਰਿਹਾ ਉਹ ਬਿੱਲ ਅਸੀਂ ਦੇ ਨਹੀਂ ਸਕਦੇ 7 8 ਕਿਸੇ ਕਿਸੇ ਪਾਸੇ ਦਾ 10 10 ਵੀ ਬਿੱਲ ਆ ਰਿਹਾ ਉਹ ਕਹਿੰਦੇ ਜੀ ਬਿੱਲ ਇੰਨਾ ਦੇਣ ਨਾਲ ਉਹ ਅਸੀਂ ਜਿਹੜਾ ਆਪਣਾ ਰੈਸਟੋਰੈਂਟ ਹੈ ਇਹਨੂੰ ਬੰਦ ਕਰਨਾ ਹੀ ਮناسب ਸਮਝਾਂਗੇ ਅਦੇ ਉਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਜੀ ਇਹ ਵੀ ਇੱਕ ਗੁੱਡ ਨਿਊਜ਼ ਹੈ ਈ ਉਹ ਹੈ ਜੀ ਜਿਸ ਤਰ੍ਹਾਂ ਕਿ ਸਾਨੂੰ ਸਭ ਨੂੰ ਪਤਾ ਕਿ ਜਿਹੜਾ ਪ੍ਰਾਈਸ ਆ ਤੇਲ ਦਾ ਇਸ ਦੇ ਉੱਤੇ ਸਰਕਾਰ ਨੇ ਇੱਕ ਲਿਮਟ ਰੱਖੀ ਆ ਵੀ ਇਹ ਘੱਟ ਤੋਂ ਘੱਟ ਇੰਨੀ ਅਸੀਂ ਤੁਹਾਨੂੰ ਛੂਟ ਦੇਣੀ ਆ ਉਹ ਜਿਹੜੇ 30 ਸੈਂਟ ਸਾਨੂੰ ਤੇਲ ਸਸਤਾ ਪੈਟਰੋਲ ਡੀਜ਼ਲ ਮਿਲ ਰਿਹਾ ਜੀ ਇਹ 5 ਅਕਤੂਬਰ ਤੱਕ ਵਧਾ ਦਿੱਤਾ ਗਿਆ 5 ਅਕਤੂਬਰ ਤੋਂ ਬਾਅਦ ਜਿਹੜਾ ਸਾਡਾ ਤੇਲ ਆ ਇੱਕ ਵਾਰ ਫੇਰ ਮਹਿੰਗਾ ਹੋਊਗਾ ਫਿਲਹਾਲ ਜਿਹੜਾ ਆ ਹੁਣ ਘਟਾਇਆ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਆਪਣੇ ਅਗਲੇ ਅਪਡੇਟ ਦੀ ਅਗਲਾ ਅਪਡੇਟ ਆ ਜੀ ਸਮੁੰਦਰ ਰਾਸਤੇ ਇਟਲੀ ਦੇ ਵਿੱਚ ਜਦੋਂ ਇਲੀਗਲ ਐਂਟਰੀ ਕਰਦੇ ਆ ਬਹੁਤ ਵਾਰ ਲੋਕਾਂ ਦੀ ਜਾਨ ਵੀ ਚਲ ਜਾਂਦੀ ਐ ਇਸ ਇਲੀਗਲ ਐਂਟਰੀ ਦੇ ਵਿੱਚ ਪਰ ਇੱਥੇ ਇਟਲੀ ਦੇ ਵਿੱਚ ਜ਼ਿਆਦਾਤਰ ਜਿਹੜੇ ਆ ਬੰਦਿਆਂ ਨੂੰ ਬਚਾ ਲਿਆ ਜਾਂਦਾ ਅਤੇ ਉਹਨਾਂ ਨੂੰ ਫਿਰ ਇਟਲੀ ਦੇ ਜਿਹੜੇ ਆ ਕੈਂਪਾਂ ਦੇ ਵਿੱਚ ਰੱਖਿਆ ਜਾਂਦਾ ਹੁਣ ਦੱਸਿਆ ਜਾ ਰਿਹਾ ਕਿ ਜਿਹੜੀਆਂ ਫੋਟੋਆਂ ਤੇ ਵੀਡੀਓ ਬਣਾਈਆਂ ਗਈਆਂ ਨੇ ਉਹ ਇਸ ਟਾਈਮ ਟਾਪ ਸਿਕਰਟ ਦੇ ਵਿੱਚ ਰੱਖੀਆਂ ਨੇ ਕਿਉਂਕਿ ਜਿਹੜੀਆਂ ਲਾਸ਼ਾਂ ਸਾਨੂੰ ਉਹਨਾਂ ਦੇ ਉੱਤੇ ਵੈਸੇ ਹੀ ਕਪੜਾ ਪਾ ਕੇ ਉਹਨਾਂ ਨੂੰ ਟਕਿਆ ਹੋਇਆ ਸਗਾ ਤੇ ਜਿਹੜੇ ਬੰਦੇ ਆ ਉਹ ਦੱਸ ਰਹੇ ਨੇ ਕਿ 6 ਬੰਦਿਆਂ ਦੀ ਮੌਤ ਹੋ ਗਈ ਹੈ ਜੀ ਜਿਹਨਾਂ ਦੀ ਉਹਨਾਂ ਦੇ ਸਾਹਮਣੇ ਮੌਤ ਹੋਈ ਹੈ ਜਿਨ੍ਹਾਂ ਨੂੰ ਟਾਕੇ ਰੱਖਿਆ ਸੀ ਲੀਬੀਆ ਤੋਂ ਇਹ ਬੰਦੇ ਆ ਰਹੇ ਸੀਗੇ ਤੇ ਦੱਸ ਰਹੇ ਕਿ ਸਾਨੂੰ ਜਿਉਣ ਦੇ ਲਈ ਅਸੀਂ ਭੁੱਖ ਤੋਂ ਨਾ ਮਰੀਏ ਹਰ ਰੋਜ਼ ਇੱਕ ਖਜੂਰ ਖਾ ਰਹੇ ਸਨ ਸਾਡਾ ਭੁੱਖ ਦੇ ਨਾਲ ਇੰਨਾ ਬੁਰਾ ਹਾਲ ਸੀ ਬੱਚੇ ਵੀ ਸਾਡੇ ਨਾਲ ਸੀ ਪਰ ਅਸੀਂ ਜਿਉਣ ਦੇ ਲਈ ਸਾਨੂੰ ਇਹ ਨਹੀਂ ਸੀ ਪਤਾ ਸਾਨੂੰ ਕਿੰਨਾ ਟਾਈਮ ਸਫਰ ਕਰਨਾ ਪੈਣਾ ਸਮੁੰਦਰ ਦੇ ਵਿੱਚ ਹਰ ਰੋਜ਼ ਜਿਹੜਾ ਆਪਣਾ ਗੁਜ਼ਾਰਾ ਇੱਕ ਖਜੂਰ ਖਾ ਕੇ ਕਰ ਰਹੇ ਸੀ ਕਰਕੇ ਖਾ ਰਹੇ ਸੀ ਅਗਲਾ ਅਪਡੇਟ ਆ ਰਿਹਾ ਜੀ ਇਟਲੀ ਦੇ ਵਿੱਚ ਬਰੇਸ਼ੀਆ ਦਾ ਇੱਕ ਬੰਦਾ ਜਿਹੜੇ ਸਰਕਾਰ ਦੇ ਨਾਲ ਧੋਖਾ ਕਰ ਰਹੀ ਸੀ ਕਾਫੀ ਟਾਈਮ ਤੋਂ ਕਾਫੀ ਟਾਈਮ ਤੋਂ ਸਰਕਾਰ ਦੇ ਨਾਲ ਗੇਮ ਪਾਰ ਰਹੀ ਸੀ ਆਪਣਾ ਟੈਕਸ ਬਚਾਰਾ ਸੀ 80 ਲੱਖ ਏਰੋ ਉਹਨਾਂ ਨੇ ਆਪਣੇ ਜਿਹੜੇ ਬਗੀਚੇ ਦੇ ਵਿੱਚ ਜਿਹੜਾ ਗਾਰਡਨ ਹੁੰਦਾ ਉਹਦੇ ਵਿੱਚ ਲੁਕੋ ਕੇ ਰੱਖਿਆ ਸੀ ਕੈਸ਼ 80 ਲੱਖ ਏਰੋਨਾ ਨੇ ਆਪਣੇ ਗਾਰਡਨ ਦੇ ਵਿੱਚ ਦੱਬ ਕੇ ਰੱਖਿਆ ਹੋਇਆ ਸੀਗਾ ਜਦੋਂ ਪੁਲਿਸ ਨੇ ਇਹਨਾਂ ਨੂੰ ਫੜਿਆ ਇਹਦੇ ਪੁਲਿਸ ਨੇ ਫੜਨ ਤੋਂ ਬਾਅਦ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਹੁਣ ਹੌਲੀ-ਹੌਲੀ ਸਾਰੀਆਂ ਗੱਲਾਂ ਸਾਹਮਣੇ ਆਈਆਂ ਦੱਸਿਆ ਜਾ ਰਿਹਾ ਹੈ ਕਿ 9 ਕਰੋੜ 30 ਲੱਖ ਦਾ ਤਾਂ ਇਹਨਾਂ ਨੇ ਜਿਹੜੇ ਆ ਟੈਕਸ ਦੇਣਾ ਸੀਗਾ ਸਰਕਾਰ ਨੂੰ ਜਿਹੜਾ ਇਹਨਾਂ ਨੇ ਨਹੀਂ ਦਿੱਤਾ ਇਹਨਾਂ ਦੇ ਉੱਤੇ ਜਿਹੜਾ 56 ਇਟਲੀ ਦੀ ਜਿਹੜੀ ਫਾਈਨੈਂਸ ਆ ਉਹਨਾਂ ਨੇ ਕਸਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਉਹਨਾਂ ਨੂੰ ਕੰਟਰੋਲ ਤੋਂ ਬਾਅਦ ਲੱਗਾ ਸਗਾ ਕਿ ਸ਼ਾਇਦ ਇਹ ਜਿਹੜੇ ਆ ਥੋੜੇ ਜਿਹਾ ਗੇਮ ਪਾ ਰਹੇ ਆ ਯਾਨੀ ਜਿਸ ਟਾਈਮ ਉਹਨਾਂ ਨੂੰ ਸਟੱੱਕ ਪਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਤੱਕ ਇਹਨਾਂ ਦਾ ਜਿਹੜਾ ਮੁੰਡਾ ਜਿਸ ਦੀ ਉਮਰ 22 ਸਾਲ ਆ ਉਸ ਨੂੰ ਵੀ ਘਰ ਦੀ ਦੇਖਰੇਖ ਵਿੱਚ ਘਰ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਸ ਨੇ ਵੀ ਇਹ ਜਿਹੜੇ ਪੈਸੇ ਆ ਆਪਣੀ ਚਾਚੀ ਨੂੰ ਤਾਈ ਨੂੰ ਅਤੇ ਸਾਰੇ ਜਿਹੜੇ ਰਿਸ਼ਤੇਦਾਰ ਸੀ ਆਫਿਸ ਦੇ ਵਿੱਚ ਇਹ ਗੇਮ ਪਾ ਰਹੇ ਸੀ ਉਹਨਾਂ ਨੂੰ ਦੇ ਰਿਆ ਸੀ ਇਹ ਜਿਹੜੇ ਮੀਆਂ ਬੀਬੀ ਆ ਇਹ ਦੱਸਿਆ ਜਾ ਰਿਹਾ ਹੈ ਕਿ ਆਪਣੇ ਆਪ ਨੂੰ ਇਹਨਾਂ ਨੇ ਸਰੈਂਡਰ ਕਰਤਾ ਪੁਲਿਸ ਜਿਹੜੀ ਕਰਮੋਨੇ ਦੇ ਵਿੱਚ ਬੰਦਾ ਜਿਹੜਾ ਆਪਣੇ ਆਪ ਨੂੰ ਨੇ ਸਰੈਂਡਰ ਕੀਤਾ ਕਰਮੋਨੇ ਵਿੱਚ ਜਿਹੜੀ ਔਰਤਾ ਉਸਨੇ ਵਿਰਤਿਆਂ ਨੂੰ ਬਰੇਸ਼ਿਆ ਦੇ ਵਿੱਚ ਤੇ ਹੁਣ ਜਿਹੜੇ ਗੁਆਰਦੀਆ ਦੀ ਫਾਈਨਾਂਸਾਂ ਨੇ ਇਹਨਾਂ ਨੂੰ ਪੁਸ਼ਤਾਸ਼ ਕਰਨੀ ਆ ਦੱਸਿਆ ਜਾ ਰਿਹਾ ਕਿ ਸ਼ਾਇਦ ਆਪਣੇ ਬੱਚੇ ਨੂੰ ਬਚਾਉਣ ਦੇ ਲਈ ਇਹਨਾਂ ਦਾ ਜਿਹੜਾ ਮੁੰਡਾ 22 ਸਾਲ ਦਾ ਕਿ ਉਹ ਜੇਲ੍ਹ 'ਚ ਨਾ ਜਾਵੇ ਇਨੀ ਆਪਣੇ ਆਪ ਨੂੰ ਸਰੈਂਡਰ ਕਰਤਾ ਪਰ ਗੇਮ ਬਹੁਤ ਤਕੜੀ ਸੀ ਜਿਹੜੀ ਹੁਣ ਤੱਕ ਇਹ ਪਕੜ ਦੇ ਵਿੱਚ ਨਹੀਂ ਆਏ ਸੀ ਕਰਮੋਨਾ ਤੋਂ ਆ ਰਿਹਾ ਜੀ ਕਰਮੋਨਾ ਤੋਂ ਆ ਰਿਹਾ ਆਪਣਾ ਅਗਲਾ ਅਪਡੇਟ ਇੱਕ 78 ਸਾਲ ਦੇ ਬੰਦੇ ਨੇ ਆਪਣੇ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਆ ਦੱਸਿਆ ਜਾ ਰਿਹਾ ਹੈ ਕਿ ਜਸਵੀਰ ਦੀ ਗੱਲ ਹੈ ਜੀ ਬੰਦੇ ਨੇ ਆਪਣੀ ਗੱਡੀ ਨੂੰ ਪਾਰਕ ਲਾਇਆ ਉਸ ਕੰਪਨੀ ਆ ਜਿਹੜੀ ਕਜ਼ਾਲੇ ਕਰੇਮਾਸਕੋ ਦੀ ਕੰਪਨੀ ਆ ਕਜ਼ਾਲੇ ਕਰੇਮਾਸਕੋ ਵੀਦੋ ਲਾਸਕੋ ਜਾਨੀ ਪ੍ਰਵਿੰਚਾ ਕਰਮੋਨਾ ਦੇ ਵਿੱਚ ਪੈ ਰਿਹਾ ਜੀ ਇਹ ਕੋਬੋ ਜੇ ਐਗਜ਼ੈਕਟਲੀ ਗੱਲ ਕਰੀਏ ਤਾਂ ਇਹ ਪਿੰਡ ਦਾ ਨਾਮ ਕੋਬੋ ਜਿੱਥੇ ਬੰਦਾ ਰਹਿ ਰਿਹਾ ਸੀਗਾ ਇਹ ਕੀ ਕਰਦਾ ਜੀ तकरीबन 10 ਕਿਲੋਮੀਟਰ ਦੂਰ ਜਾਂਦਾ 10 ਕਿਲੋਮੀਟਰ ਰੋਜ਼ ਫੈਕਟਰੀ ਦੇ ਵਿੱਚ ਜਾਂਦਾ ਆਪਣੇ ਕੋਲ ਜਿਹੜੀ ਬੰਦੂਕ ਸੀ ਇਹਦੇ ਕੋਲ ਲਾਇਸੈਂਸ ਸੀ ਉਹ ਲੈ ਕੇ ਜਾਂਦਾ ਤੇ ਆਪਣੇ ਜਿੱਥੇ ਕੰਮ ਕਰਦਾ ਸੀਗਾ ਉਸ ਫੈਕਟਰੀ ਦੇ ਮਾਲਕ ਨੂੰ ਸ਼ਰੇਆਮਸ ਵੇਲੇ 10 ਵਜੇ ਗੋਲੀ ਮਾਰ ਕੇ ਮਾਰ ਦਿੰਦਾ ਉਸ ਫੈਕਟਰੀ ਦੇ ਤਿੰਨ ਮਾਲਕ ਨੇ ਜਦੋਂ ਉਸ ਦੇ ਮੁੰਡੇ ਨੂੰ ਪਤਾ ਲੱਗਾ ਕਿ ਉਸ ਦੇ ਬਾਪ ਦਾ ਕਤਲ ਹੋ ਗਿਆ ਉਹ ਉੱਥੇ ਮੌਕੇ ਵਾਰਦਾਤ ਤੇ ਪਹੁੰਚਿਆ ਪੁਲਿਸ ਵਾਲੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਪਰ ਪੁਲਿਸ ਦੇ ਵੀ ਕੁਸ ਹੰਨ ਮਾਰ ਕੇ ਉਹ ਸੜਾ ਦਿੰਦਾ ਕਿਉਂਕਿ ਆਪਣੇ ਬਾਪ ਦੇ ਕਾਤਲ ਨੂੰ ਉਹ ਉੱਥੇ ਹੀ ਜਾਨੋਂ ਮਾਰਨਾ ਚਾਹੁੰਦਾ ਸੀ ਪਰ ਬਾਅਦ ਵਿੱਚ ਇਹਨਾਂ ਦੋਹਾਂ ਤੇ ਕਾਬੂ ਪਾ ਲਿਆ ਗਿਆ ਅਗਲਾ ਅਪਡੇਟ ਆਪਣਾ ਆ ਰਿਹਾ ਜੀ 15 ਤਰੀਕ ਦਾ ਕੱਲ ਦਾ ਜਿਸੀ ਗੱਲ ਕਰੀਏ ਦੱਸਿਆ ਜਾ ਰਿਹਾ ਕਿ 15 ਤੋਂ ਲੈ ਕੇ 19 ਤਰੀਕ ਤੱਕ ਇਟਲੀ ਦੇ ਵਿੱਚ ਮੌਸਮ ਜਿਹੜਾ ਖਰਾਬ ਰਹਿਣ ਸਪੈਸ਼ਲੀ ਦੱਸਿਆ ਜਾ ਰਿਹਾ ਹੈ ਕਿ ਟੈਂਪੋਰਲੀ ਆ ਜਣੀ ਬਹੁਤ ਹੀ ਜ਼ਿਆਦਾ ਤੂਫਾਨ ਆਣ ਦੀ ਗੱਲ ਬਾਤ ਤਤੁਸਕਾਨਾ ਤੇ ਉੰਬਰੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਤੂਫਾਨ ਆਣ ਦੀ ਗੱਲ ਜਿਸ ਟਾਈਮ ਅਸੀਂ ਹੁਣ ਰਿਕਾਰਡਿੰਗ ਕਰ ਰਹੇ ਹਾਂ ਐਸ ਟਾਈਮ ਵੀ ਸਾਡੇ ਜਿਹੜੇ ਏਰੀਆ ਦੇ ਵਿੱਚ ਲੁੰਬਰ ਦੀ ਆ ਚਲੋ ਆਪਾਂ ਰਹਿਨੇ ਕਰਮੂਨੇ ਦੇ ਵਿੱਚ ਹਲਕੀ ਹਲਕੀ ਜਿਹੜਾ ਮੀਂਹ ਪੈ ਰਿਹਾ ਛਿੱਟੇ ਪੈ ਰਹੇ ਨੇ ਬਾਕੀ ਸਾਡਾ ਜਿਹੜਾ ਲੁੰਬਰ ਦੀ ਏਰੀਆ ਇਹਦੇ ਦੇ ਵਿੱਚ ਫਿਲਹਾਲ ਜਿਹੜਾ ਇਹਨਾਂ ਨੇ ਨਹੀਂ ਰੱਖਿਆ ਤੁਸਕਾਨਾ ਅਤੇ ਉੰਬਰੀਆ ਦੇ ਲਈ ਇਹਨਾਂ ਨੇ ਮੇਨ ਕਿਹਾ ਜੀ ਇੱਥੇ ਬਹੁਤ ਤੇਜ਼ ਹਵਾ ਚੱਲਣੀ ਆ ਅਤੇ ਸਾਵਧਾਨ ਰਹਿਣ ਦੀ ਲੋੜ ਆ ਜੀ ਇਹ ਸੰਤਰੀ ਰੰਗ ਦਾ ਅਲਰਟ ਆ ਜ਼ਿਆਦਾਤਰ ਪੀਲੇ ਰੰਗ ਦਾ ਜਦੋਂ ਅਲਰਟ ਹੁੰਦਾ ਉਸ ਵੇਲੇ ਹੀ ਬਹੁਤ ਤੇਜ਼ ਮੀਂਹ ਪੈਂਦਾ ਹੁਣ ਸੰਤਰੀ ਰੰਗ ਦਾ 50 ਮੀਟਰ ਉੱਚਾ ਗਰੂ ਹੁੰਦਾ ਜਿਹੜਾ ਕ੍ਰੇਨ ਹੁੰਦੀ ਆ 50 ਮੀਟਰ ਉੱਚੀ ਤੇ ਚੜ ਗਿਆ ਬੰਦਾ ਕਹਿੰਦਾ ਜਾਂ ਤਾਂ ਮੈਨੂੰ ਅੱਜ ਪੈਸੇ ਮਿਲੋਗੇ ਜਾਂ ਤਾਂ ਅੱਜ ਮੇਰੀ ਲਾਸ਼ ਇੱਥੋਂ ਜਾਊਗੀ ਮਾਲਕ ਜਿਹੜਾ ਬੀਆ ਬੋਨੇਲੀ ਮਲਯਾਨਾ ਦੇ ਵਿੱਚ ਸਗਾ ਬੰਦਾ ਇਹ ਨਹੀਂ ਪੈਸੇ ਨਹੀਂ ਸੀ ਦੇ ਰਿਆ ਆਪਣੀ ਜਿਹੜੀ ਲੇਬਰ ਆ ਜਿਹੜੇ ਉੱਥੇ ਬੰਦੇ ਕੰਮ ਕਰਦੇ ਸੀ ਉਹ ਇਹ ਜਿਹੜਾ 47 ਸਾਲ ਦਾ ਬੰਦਾ ਕਹਿੰਦਾ ਜੇਕਰ ਮੈਨੂੰ ਪੈਸੇ ਨਹੀਂ ਮਿਲੇ ਹੁਣ ਜਿਹੜਾ ਮੈਂ ਕੰਮ ਕੀਤਾ ਤਾਂ ਮੈਂ ਇੱਥੋਂ ਛਾਲ ਮਾਰ ਕੇ ਮਰ ਜਾਣਾ ਆਪ ਤਾਂ ਮਰੂੰਗਾ ਮੈਂ ਤੇਰੀ ਸਾਰੀ ਫੈਕਟਰੀ ਬੰਦ ਕਰਵਾ ਕੇ ਦੱਸੂੰਗਾ ਕਰਾਉਂਗਾ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਬੰਦਾ ਇਹ ਵੀ ਨੈਸ਼ਨੈਟੀ ਏਜੀਪਟ ਦੇ ਹੀ ਮਿਸਰ ਦਾ ਬੰਦਾ ਸੀ ਜੋ ਕਿ ਕੰਮ ਕਰ ਰਿਹਾ ਸੀਗਾ ਉੱਥੇ ਤੇ ਉਹਨੂੰ ਪੈਸੇ ਨਹੀਂ ਸੀ ਦੇ ਰਿਆ ਉਸ ਦਾ ਮਾਲਕ ਆਕਰਕਾਰ ਉਸ ਨੂੰ ਪੈਸੇ ਲੈਣ ਦੇ ਲਈ ਇਹ ਰਸਤਾ ਅਪਣਾਉਣਾ ਪੈ ਗਿਆ ਕਿ ਮੈਂ ਜਿਹੜੀ ਆਪਣੀ ਆ ਜਾਨ ਦੇ ਦੇਣੀ ਆ ਤਾਂ ਫਿਰ ਫਾਇਰ ਬ੍ਰਿਗੇਡ ਵਾਲਿਆਂ ਨੇ ਚਲੋ ਉਹਨੂੰ ਲਾ ਲਿਆ ਉਸ ਤੋਂ ਬਾਅਦ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਇੱਕ ਬੰਦਾ ਜਿੱਥੇ ਇੱਕ ਪਾਸੇ ਇੱਕ ਬੰਦਾ ਆਪਣੀ ਜਾਨ ਦੇਣ ਦੇ ਲਈ ਤਿਆਰ ਸੀ ਕਿਉਂਕਿ ਉਸ ਨੂੰ ਉਹਦੀ ਤਨਖਾਹ ਨਹੀਂ ਮਿਲ ਰਹੀ ਸੀ ਦੂਸਰੇ ਪਾਸੇ ਇੱਕ ਬੰਦਾ ਆਪਣੀ ਜਾਨ ਦੇਣ ਲਈ ਤਿਆਰ ਸੀਗਾ ਟ੍ਰੇਨ ਦੇ ਥੱਲੇ ਆ ਕੇ ਕਿਉਂ ਦੱਸਿਆ ਜਾ ਰਿਹਾ ਹੈ ਕਿ ਮੋਲਾਦੀ ਬਾਰੀ ਆ ਜਿਹੜਾ ਪਿੰਡ ਆ ਉਹਦੇ ਵਿੱਚ ਇੱਕ ਪੁਲਿਸ ਵਾਲੇ ਨੇ ਇੱਕ ਬੰਦੇ ਨੂੰ ਟਰੇਨ ਦੇ ਥੱਲੇ ਛਾਲ ਮਾਰਕੀਟ ਟਰੇਨ ਥੱਲੇ ਮਰਨ ਤੋਂ ਬਚਵਾਇਆ ਉਹ ਸੁਸਾਈਡ ਕਰਨਾ ਜਾ ਰਿਹਾ ਸੀ ਕਾਰਨ ਕੀ ਸੀ ਕਹਿੰਦਾ ਕਿ ਮੈਨੂੰ ਜਿਹੜੀ ਮੇਰੀ ਗਰਲਫ੍ਰੈਂਡ ਆ ਛੱਡ ਗਈ ਆ ਇੱਕ ਕੁੜੀ ਕਾਰਨ ਆਪਣੀ ਜ਼ਿੰਦਗੀ ਪੂਰੀ ਤਬਾਹ ਕਰਨ ਲੱਗਾ ਸੀ ਮਰਨ ਲੱਗਾ ਸੀ ਪੁਲਿਸ ਨੇ ਬਚਾ ਲਿਆ ਪਰ ਇਹਦੇ ਹੁਣ ਜੇਕਰ ਕਾਨੂੰਨ ਹੁੰਦਾ ਤਾਂ ਇਹਨੂੰ ਕਟਾਪਾ ਇਹਦਾ ਰੂਣਾ ਕਰਨਾ ਚਾਹੀਦਾ ਹੈ ਵੀ ਮਰਨਾਂ ਦਾ ਸਿਕਾ ਚੱਲ ਤੈਨੂੰ ਰੂਣਾ ਘੁੱਟ ਲੈਨੇ ਫੇਰ ਉਹ ਬਾਦ ਵਿੱਚ ਠੀਕ ਹੋ ਜਾਊਗਾ ਉਸ ਤੋਂ ਬਾਅਦ ਇੱਕ ਬਿਊਟੀ ਪਾਰਲਰ ਆ ਜੀ ਇਟਲੀ ਦੇ ਵਿੱਚ ਜਿਸ ਦੀ লাশ ਉਸ ਦੇ ਹੀ ਬਿਊਟੀ ਪਾਰਲਰ ਦੇ ਵਿੱਚ ਪਾਈ ਗਈ ਹੈ ਜੋ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ লাশ ਸੀ 10 ਨਵੰਬਰ ਨੂੰ ਮਿਲੀ ਸੀਗੀ ਤੇ ਆਪਣੇ ਘਰ ਦੇ ਵਿੱਚ ਇਹ ਨੇ ਆਪਣੀ ਸੁਸਾਇਡ ਕੀਤੀ ਹੈ ਇਹਦਾ ਜਿਹੜਾ ਬਿਊਟੀ ਪਾਰਲਰ ਵੀ ਨਾਲ ਹੀ ਸੀਗਾ ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹਦਾ ਜਿਹੜਾ ਐਕਸ ਹਸਬੰਡ ਸੀਗਾ ਉਹਦੇ ਕੋਲ ਹੀ ਘਰ ਦੀਆਂ ਚਾਬੀਆਂ ਸੀ ਹੁਣ ਇਹਦੇ ਹਸਬੰਡ ਦੇ ਉੱਤੇ ਜਿਹੜਾ ਕਤਲ ਦਾ ਇਲਜ਼ਾਮ ਲੱਗਾ ਕਿ ਸ਼ਾਇਦ ਇਸ ਦੇ ਆ ਇਸ ਦੇ ਹਸਬੰਡ ਨੇ ਹੀ ਉਹਨੂੰ ਮਾਰ ਕੇ ਟੰਗਿਆ ਹੋਵੇ ਤੇ ਜਿਹੜੀ ਹੁਣ ਤੱਕ ਸੁਣਵਾਈ ਨਹੀਂ ਹੋਈ ਲੋਕੀ ਹੁਣ ਵੀ ਉੱਥੇ ਜਿਹੜੇ ਪਿੰਡ ਦੇ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਲੁਚਾਣਾ ਦੇ ਲਈ ਇਨਸਾਫ ਚਾਹੀਦਾ ਹੈ ਹੁਣ ਵੀ ਉੱਥੇ ਪਿੰਡਾਂ ਦੇ ਮੁਰੇ ਇਹ ਗੱਲ ਲੈ ਕੇ ਲੋਕੀ ਘੁੰਮਦੇ ਨੇ ਬੈਨਰ ਲੈ ਕੇ ਇਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੌਣ ਰਹੀ ਇਟਾਲੀਨ ਖਬਰਾਂ ਤੁਸੀਂ ਗੁਰੂ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ